ਇੱਕ ਵਾਰਸ ਬਾਬੇ ਦੀਪ ਸਿੰਘ ਦਾ ਕਹਿਣ ਕਰਨ ਦਾ ਪੂਰਾ ਸੀ। ਸੱਚਾ ਸਿੱਖ ਗੁਰੂ ਗੋਬਿੰਦ ਸਿੰਘ ਦਾ ਜੋ ਸੰਤ ਸਿਪਾਹੀ ਸੂਰਾ ਸੀ। ਦੂਜੇ ਪਾਸੇ ਵਾਰਸ ਅਬਦਾਲੀ ਦੇ ਗੁਰੂ ਘਰ 'ਤੇ ਚੜ ਕੇ ਆਏ ਸੀ। ਦਾਅਵੇ ਵੱਡੇ ਵੱਡੇ ਕਰਦੇ ਸੀ, ਸਿੰਘਾਂ ਲੋਹੇ ਦੇ ਚਣੇ 'ਚ ਵਾਏ ਸੀ। ਸੰਤਾਂ ਨਾਲ ਵੈਰ ਕਮਾ ਜਿਨ੍ਹਾਂ ਨੇ, ਦੁਸ਼ਟਾਂ ਨਾਲ ਪਿਆਰ ਜਾ ਪਾਇਆ ਸੀ। ਸਿੰਘਾਂ ਨੇ ਐਸਾ ਟਾਕਰਾ ਕੀਤਾ, ਧਰਤੀ 'ਤੇ ਫੌਜ ਨੂੰ ਵਿਛਾਇਆ ਸੀ। ਸੰਗਤਾਂ ਨੂੰ ਗੋਲੀਆਂ ਮਾਰ ਫੌਜ ਨੇ ਵੱਡੇ ਪਾਪ ਕਮਾਏ ਸੀ। ਸਿੰਘਾਂ ਨੇ ਅਫਸਰ ਢੇਰੀ ਕੀਤੇ, ਹੰਕਾਰ ਦੇ ਵਿੱਚ ਜੋ ਆਏ ਸੀ। ਅੱਗ ਦੀ ਭੇਟ ਵੱਡਾ ਖਜ਼ਾਨਾ ਚੜ੍ਹਿਆ, ਗੁਰੂ ਸਾਹਿਬ ਦੇ ਗੋਲੀ ਲੱਗੀ ਸੀ। ਹਿੰਦ ਸਰਕਾਰ ਨੇ ਕਹਿਰ ਜੋ ਕੀਤਾ, ਬੇਦੋਸ਼ੇ ਖੂਨ ਦੀ ਧਾਰਾ ਵਗੀ ਸੀ। 20ਵੀਂ ਸਦੀ ਦਾ ਮਹਾਨ ਉਹ ਯੋਧਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀ, 20ਵੀਂ ਸਦੀ ਦਾ ਮਹਾਨ ਉਹ ਯੋਧਾ, ਮੂੰਹ ਤੋੜਵਾਂ ਜਵਾਬ ਜਿਹਨੇ ਦਿੱਤਾ ਸੀ, ਹਰ ਇੱਕ ਵਚਨ ਉਹਨੇ ਤੋੜ ਨਿਭਾਇਆ, ਆਪਣੇ ਮੂੰਹੋਂ ਜੋ ਕੀਤਾ ਸੀ। ਐਸਾ ਸੰਤ ਮਹਾਂਪੁਰਖ ਸੀ ਉਹ, ਜਿਸ ਦੇ ਅੰਦਰ ਚੱਲਦੀ ਬਾਣੀ ਸੀ। ਫੌਜ ਨੂੰ ਸੋਚਣੇ ਲਾ ਦਿੱਤਾ ਜਿਸਨੇ, ਐਸੇ ਯੋਧੇ ਜਰਨੈਲ ਦੀ ਕੁਰਬਾਨੀ ਸੀ। ਨਾ ਭੁੱਲਾਂਗੇ ਨਾ ਭੁੱਲਣ ਦੇਵਾਂਗੇ, ਸਾਡੇ ਤਖ਼ਤ ਨੂੰ ਜਿਨ੍ਹਾਂ ਨੇ ਢਾਇਆ ਹੈ, ਸਾਡੇ 'ਤੇ ਕਹਿਰ ਕਮਾ ਜਿਨ੍ਹਾਂ ਨੇ ਸਾਡੇ ਦਿਲ ਨੂੰ ਭਾਂਬੜ ਲਾਇਆ ਹੈ। ਨਾ ਭੁੱਲਾਂਗੇ ਨਾ ਭੁੱਲਣ ਦੇਵਾਂਗੇ, ਸਾਡੇ ਤਖ਼ਤ ਨੂੰ ਜਿਨ੍ਹਾਂ ਢਾਇਆ ਹੈ, ਸਾਡੇ 'ਤੇ ਕਹਿਰ ਕਮਾ ਕੇ ਜਿਨ੍ਹਾਂ ਨੇ ਸਾਡੇ ਦਿਲ ਨੂੰ ਭਾਂਬੜ ਲਾਇਆ ਹੈ। ਜੇ ਕਵਿਤਾ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।